ਹੁਣ ਤੱਕ ਤੁਸੀਂ ਕਿਹੋ ਜਿਹੀਆਂ ਕਿਤਾਬਾਂ ਜਾਂ ਕਿਹੋ ਜਿਹਾ ਸਾਹਿਤ ਜਿਹੜਾ ਲਿਖਿਆ? ਲਾਟ ਜੀ, ਜਿਵੇਂ ਕਿ ਤੁਸੀਂ ਸਾਰੇ ਦੋਸਤ ਜਾਣਦੇ ਹੀ ਹੋ, ਮੈਂ ਸ਼ੁਰੂ ਸ਼ੁਰੂ 'ਚ ਵਿਦਿਆਰਥੀ ਜੀਵਨ 'ਚ ਕਵਿਤਾ ਵੀ ਲਿਖਦਾ ਰਿਹਾ, ਕੁਝ ਸਧਾਰਨ ਕਿਸਮ ਦੀ ਵਾਰਤਕ ਵੀ ਲਿਖਦਾ ਰਿਹਾ। ਪਰ ਜਦੋਂ ਮੈਂ ਇੱਕ ਅਧਿਆਪਕ ਦੇ ਤੌਰ 'ਤੇ ਪੜ੍ਹਾਉਣ ਲੱਗਾ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਦੇ ਮਸਲਿਆਂ ਬਾਰੇ ਸੁਚੇਤ ਹੋਇਆ, ਤਾਂ ਹੁਣ ਜਿਹੜੀ ਮੇਰੀ ਪਛਾਣ ਆ ਉਹ ਇੱਕ ਆਲੋਚਕ ਦੇ ਤੌਰ 'ਤੇ ਹੀ ਆ। ਮੇਰੀ ਉਹ ਕਵਿਤਾ ਤਾਂ ਸਿਰਫ ਇੱਕ ਸ਼ੌਕੀਆ ਗੱਲ ਆ, ਕਦੇ ਕਦਾਈ ਕੋਈ ਸਾਲ 'ਚ ਇੱਕ ਅੱਧੀ ਕਵਿਤਾ ਲਿਖ ਲਈ, ਪਰ ਜਿਹੜਾ ਮੇਰਾ ਜ਼ਿਆਦਾ ਕੰਮ ਸੀ, ਮੇਰੀ ਖੋਜ ਦਾ ਜ਼ਿਆਦਾ ਕੰਮ ਮਾਡਰਨ ਪੰਜਾਬੀ ਪੋਇਟਰੀ 'ਤੇ ਆ। ਆਧੁਨਿਕ ਪੰਜਾਬੀ ਕਵਿਤਾ ਬਾਰੇ ਮੇਰੀਆਂ 4 ਪੁਸਤਕਾਂ ਨੇ, ਆਧੁਨਿਕ ਪੰਜਾਬੀ ਕਵਿਤਾ ਦਾ ਕਾਵਿ ਸ਼ਾਸਤਰ ਇਹ 1997 ਛਪੀ, ਪੰਜਾਬੀ ਕਵਿਤਾ ਪੁਨਰ ਸੰਵਾਦ 1999 ਛਪੀ, ਕਾਵਿ ਸਰੋਕਾਰ 2006 ਦੇ ਵਿੱਚ ਛਪੀ ਅਤੇ ਕਾਵਿ ਬਿਹਾਰ 2008 ਵਿੱਚ ਛਪੀ। ਇਸ ਤੋਂ ਬਿਨਾਂ ਮੈਂ ਕੁਝ ਸੰਪਾਦਨ ਦਾ ਕੰਮ ਵੀ ਕੀਤਾ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਮੈਂ ਥੋੜ੍ਹਾ ਬਹੁਤ ਥੀਏਟਰ ਨਾਲ ਜੁੜਿਆ ਰਿਹਾ। ਡਾਕਟਰ ਆਤਮਜੀਤ ਦੇ ਇੱਕ ਨਾਟਕ ਦੇ ਬਾਰੇ ਮੇਰੀ ਕਿਤਾਬ ਹੈ, ਕੈਮਲ ਸੁਦੀਆਂ ਮੱਛੀਆਂ ਸਿਰਜਣਾ ਅਤੇ ਸੰਵਾਦ। ਇਸ ਤਰ੍ਹਾਂ ਅਜਮੇਰ ਔਲਖ ਦੇ ਨਾਟਕਾਂ ਬਾਰੇ ਇੱਕ ਮੇਰੀ ਸੰਪਾਦਿਤ ਪੁਸਤਕ ਹੈ, ਅਜਮੇਰ ਔਲਖ ਦੀ ਨਾਟ ਭੂਮੀ। ਇਸ ਤੋਂ ਬਿਨਾਂ ਕੁਝ ਕੰਮ ਮੈਂ, ਕਿਉਂਕਿ ਮੈਂ ਅੱਜ ਕੱਲ੍ਹ ਪੰਜਾਬੀ ਸਾਹਿਤ ਅਕਾਡਮੀ ਦਾ ਜਨਰਲ ਸਕੱਤਰ ਹਾਂ, ਉਹਦੇ ਨਾਤੇ ਕੁਝ ਕਿਤਾਬਾਂ ਅਸੀਂ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਛਾਪੀਆਂ। ਉਹਦੇ 'ਚ ਮੈਂ ਇੱਕ ਕਿਤਾਬ ਮੇਰੀ ਹੈ ਪੰਜਾਬੀ ਸਾਹਿਤ ਭਾਰਤੀ ਪ੍ਰਪੇਖ, ਇਹ ਵੀ ਸੰਪਾਦਿਤ ਪੁਸਤਕ ਆ। ਮੇਰੀ ਇੱਕ ਹੋਰ ਸੰਪਾਦਿਤ ਪੁਸਤਕ ਸੀਗੀ, ਉਹ ਅਸੀਂ ਇੱਕ ਸੈਮੀਨਾਰ ਕੀਤਾ ਸੀ, ਨੈਸ਼ਨਲ ਸੈਮੀਨਾਰ, ਮਾਰਕਸਵਾਦੀ ਸਾਹਿਤ ਚਿੰਤਨ ਸਮਕਾਲੀ ਸਰੋਕਾਰ। ਪਿੱਛੇ ਜੇ ਟੈਗੋਰ ਦੀ 150 ਸਾਲਾ ਸ਼ਤਾਬਦੀ ਮਨਾਈ ਗਈ ਅਤੇ ਭਾਰਤੀ ਸਾਹਿਤ ਅਕਾਡਮੀ ਨੇ ਸਾਨੂੰ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ, ਅਸੀਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਟੈਗੋਰ ਦੀਆਂ 12 ਪੁਸਤਕਾਂ ਦਾ ਸੈੱਟ ਸ਼ਾਂਤੀ ਨਿਕੇਤਨ 'ਚ ਜਾ ਕੇ ਰਿਲੀਜ਼ ਕੀਤਾ। ਔਰ ਦਿਲਚਸਪ ਗੱਲ ਇਹ ਆ ਕਿ ਹਿੰਦੁਸਤਾਨੀ ਜ਼ਬਾਨਾਂ 'ਚ ਪੰਜਾਬ ਇਸ ਗੱਲੋਂ ਲੀਡ ਲੈ ਗਿਆ ਕਿ ਪੰਜਾਬ ਨੇ ਟੈਗੋਰ ਦਾ ਟ੍ਰਾਂਸਲੇਟਡ ਸਾਹਿਤ ਸਭ ਤੋਂ ਪਹਿਲਾਂ ਜਾ ਕੇ ਉੱਥੇ ਰਿਲੀਜ਼ ਕੀਤਾ। ਉਸ 12 ਪੁਸਤਕਾਂ ਦੇ ਸੈੱਟ ਵਿੱਚੋਂ ਮੈਂ ਇੱਕ ਪੁਸਤਕ ਸੰਪਾਦਿਤ ਕੀਤੀ ਆ, ਟੈਗੋਰ ਦਾ ਨਾਟ ਸਾਹਿਤ। ਇਸੇ ਤਰ੍ਹਾਂ ਹੀ 2 ਪੁਸਤਕਾਂ ਮੇਰੀਆਂ ਹੋਰ ਨੇ ਸੰਪਾਦਿਤ, ਇੱਕ ਹੈਗਾ ਪੰਜਾਬੀ ਸੱਭਿਆਚਾਰ ਦੇ ਪਛਾਣ ਚੰਨ, ਇਹ ਮੇਰੀ ਅਤੇ ਡਾਕਟਰ ਜਸਵਿੰਦਰ ਸਿੰਘ ਦੀ ਸਹਿ ਸੰਪਾਦਨ ਪੁਸਤਕ। ਇਸੇ ਤਰ੍ਹਾਂ ਹੀ ਨਾਰੀ ਸਾਹਿਤ ਦੇ ਮਸਲਿਆਂ 'ਤੇ ਮੇਰੀ ਅਤੇ ਡਾਕਟਰ ਰਜਿੰਦਰਪਾਲ ਦੀ ਪਤਨੀ ਡਾਕਟਰ ਚਰਨਜੀਤ ਕੌਰ ਦੀ ਇੱਕ ਸਾਂਝੀ ਪੁਸਤਕ ਆ। ਸ਼ੁਰੂ 'ਚ ਮੈਂ ਜਿਹੜਾ ਕੰਮ ਕੀਤਾ ਸੀ ਉਹ ਪਾਸ਼ ਦੇ ਕਤਲ ਤੋਂ ਬਾਅਦ, ਪਾਸ਼ ਬਾਰੇ ਜਿਹੜੀ ਪਹਿਲੀ ਸੰਪਾਦਿਤ ਪੁਸਤਕ ਸੀ ਉਹ ਵੀ ਮੈਂ ਕੀਤੀ, ਮੇਰੀ ਅਤੇ ਪਾਲ ਕੌਰ ਦੀ ਸਾਂਝੀ ਕਿਤਾਬ ਆ ਪਾਸ਼, ਜਿੱਥੇ ਪੰਜਾਬੀ ਕਵਿਤਾ ਖਤਮ ਨਹੀਂ ਹੁੰਦੀ। ਮੇਰੀ 13ਵੀਂ ਅਤੇ ਰੀਸੈਂਟਲੀ ਜਿਹੜੀ ਪੁਸਤਕ ਛਪੀ ਹੈ ਉਹ ਭਾਰਤੀ ਸੂਫੀ ਸਾਹਿਤ ਬਾਰੇ ਆ। ਭਾਰਤੀ ਸੂਫੀ ਸਾਹਿਤ ਦੇ ਉੱਤੇ ਅਸੀਂ ਇੱਕ ਸੈਮੀਨਾਰ ਕੀਤਾ ਸੀ। ਇਸ ਪੁਸਤਕ ਵਿੱਚ ਭਾਰਤ ਦੀ ਸੂਫੀ ਪਰੰਪਰਾ ਅਤੇ ਭਾਰਤ ਦੀਆਂ ਵੱਖ ਵੱਖ ਜ਼ਬਾਨਾਂ ਦੇ ਸੂਫੀ ਸਾਹਿਤ ਬਾਰੇ ਕ੍ਰਿਟੀਕ ਆ। ਲਗਭਗ ਇਹਦੇ 'ਚ 9 ਜ਼ਬਾਨਾਂ ਦੇ ਭਾਰਤੀ ਸੂਫੀ ਸਾਹਿਤ ਬਾਰੇ ਲੇਖ ਨੇ। ਇਹ ਮੇਰਾ ਸੰਖੇਪ ਜਿਹਾ ਕੰਮ ਹੈ ਜਿਹੜਾ ਆਲੋਚਨਾ ਦੇ ਖੇਤਰ। ਤੁਸੀਂ ਦੱਸਿਆ ਕਿ ਆਲੋਚਨਾ ਦੇ ਬਾਰੇ ਜ਼ਿਆਦਾ ਤੁਸੀਂ ਖੋਜ ਕੀਤੀ ਆ ਜਾਂ ਜ਼ਿਆਦਾ ਕੰਮ ਕੀਤਾ ਆ। ਮੇਰੀ ਇੱਕ ਖੁਦ ਆਪਣੀ ਦਿਲਚਸਪੀ ਆ ਕਿ ਟੈਗੋਰ, ਜਿਸ ਨੂੰ ਪਤਾ ਨਹੀਂ ਕਿੰਨੇ ਕੁ ਦਰਸ਼ਕ ਜਿਹੜੇ ਆ ਕਿੰਨਾ ਕੁ ਜਾਣਦੇ ਹੋਣਗੇ, ਕਿੱਥੋਂ ਕੁ ਤੱਕ ਜਾਣਦੇ ਆ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ 12 ਕਿਤਾਬਾਂ ਦਾ ਸੈੱਟ ਜਿਹੜਾ ਤਿਆਰ ਕੀਤਾ ਆ, ਇਹਦੇ ਬਾਰੇ ਤੁਸੀਂ ਆਲੋਚਨਾਤਮਕ ਪੱਖ ਤੋਂ ਜਾਂ ਜਾਣਕਾਰੀ ਸਰਲ ਲਫਜ਼ਾਂ ਵਿੱਚ ਦਿਓ ਕਿ ਉਹਦੇ ਵਿੱਚ ਸਾਹਿਤ ਵਿੱਚ ਕੀ ਕੁਛ ਆ, ਉਹਦੇ ਵਿੱਚੋਂ ਪੰਜਾਬੀ ਜਿਹੜੇ ਆ ਕੀ ਸਿੱਖ ਸਕਦੇ ਆ, ਜੇ ਇੱਥੋਂ ਪੰਜਾਬ ਜਾਂਦੇ ਆ ਉਹ ਸੈੱਟ ਲੈਣ ਵਾਸਤੇ ਉਹਨਾਂ 'ਚ ਕਿਉਂ ਉਤਸੁਕਤਾ ਹੋਣੀ ਚਾਹੀਦੀ ਆ? ਦੇਖੋ, ਟੈਗੋਰ ਦੇ ਪੰਜਾਬ ਨਾਲ ਬੜੇ ਨੇੜਲੇ ਸੰਬੰਧ ਰਹੇ। ਟੈਗੋਰ ਬਚਪਨ 'ਚ ਆਪਣੇ ਪਿਤਾ ਜੀ ਨਾਲ ਹਰਿਮੰਦਰ ਸਾਹਿਬ ਆਏ ਅਤੇ ਉਹਨਾਂ ਨੂੰ ਖਾਸ ਤੌਰ 'ਤੇ ਜਿਹੜਾ ਸਿੱਖ ਸੰਗੀਤ ਸੀ, ਗੁਰਬਾਣੀ ਦਾ ਸੰਗੀਤ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ ਬੰਦਾ ਬਹਾਦਰ ਬਾਰੇ ਆਪਣੀ ਇੱਕ ਬਹੁਤ ਵਧੀਆ ਨਜ਼ਮ ਲਿਖੀ ਹੈ ਟੈਗੋਰ ਨੇ। ਇਸੇ ਤਰ੍ਹਾਂ ਹੀ ਟੈਗੋਰ ਦਾ ਦੀਆਂ ਲਿਖਤਾਂ ਵਿੱਚ ਵਾਰ ਵਾਰ ਪੰਜਾਬ ਦਾ ਜ਼ਿਕਰ ਵੀ ਆਉਂਦਾ ਰਿਹਾ। ਔਰ ਪੰਜਾਬ ਦੇ ਕੁਝ ਲੇਖਕ ਜਿਹੜੇ ਸ਼ਾਂਤੀ ਨਿਕੇਤਨ ਵਿੱਚ ਪੜ੍ਹਾਉਂਦੇ ਸਨ, ਜਿਨ੍ਹਾਂ 'ਚੋਂ ਮੈਂ ਜ਼ਿਕਰ ਕਰਨਾ ਚਾਹੂੰਗਾ ਬਲਰਾਜ ਸਾਹਨੀ ਦਾ। ਬਲਰਾਜ ਸਾਹਨੀ ਨੂੰ ਪੰਜਾਬੀ ਭਾਸ਼ਾ ਦੇ ਲੜ ਲਾਉਣ ਵਾਲਾ ਟੈਗੋਰ ਸੀ। ਟੈਗੋਰ ਹਮੇਸ਼ਾ ਹੀ ਪੰਜਾਬ ਨੂੰ ਬਹੁਤ ਹੀ ਇੱਕ ਤਰ੍ਹਾਂ ਇੱਕ ਰੋਲ ਮਾਡਲ ਦੇ ਤੌਰ 'ਤੇ ਦੇਖਦਾ ਰਿਹਾ। ਖਾਸ ਤੌਰ 'ਤੇ ਕੌਮੀ ਸੁਤੰਤਰਤਾ ਸੰਗਰਾਮ ਵਿੱਚ ਜਿਹੜਾ ਪੰਜਾਬ ਦਾ ਯੋਗਦਾਨ ਸੀ, ਟੈਗੋਰ ਉਹਦੇ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਟੈਗੋਰ ਆ, ਟੈਗੋਰ ਦਾ ਪੰਜਾਬ ਨਾਲ ਇੱਕ ਬਹੁਤ ਹੀ ਭਾਵਨਾਤਮਕ ਰਾਬਤਾ ਰਿਹਾ। 1961 ਦੇ ਵਿੱਚ ਪੰਜਾਬੀ ਸਾਹਿਤ ਅਕਾਡਮੀ ਨੇ ਟੈਗੋਰ ਦੀਆਂ ਕੁਛ ਲਿਖਤਾਂ ਸਾਡੇ ਵੱਡੇ ਲੇਖਕਾਂ ਤੋਂ ਅਨੁਵਾਦ ਕਰਾਈਆਂ ਸੀ। ਉਹ ਹੁਣ ਪੁਸਤਕਾਂ ਮਿਲਦੀਆਂ ਨਹੀਂ ਸੀ, ਅਸੀਂ ਉਹਨਾਂ ਪੁਸਤਕਾਂ ਨੂੰ ਹੀ ਰਿਵਾਈਜ਼ ਕੀਤਾ ਆ, ਪਰ ਉਹਦੇ 'ਚ ਕੁਝ ਨਵੇਂ ਵਾਅਦੇ ਕੀਤੇ ਆ, ਸ਼ਾਮਿਲ ਕੀਤੀਆਂ। ਮਸਲਨ ਜਿਵੇਂ ਟੈਗੋਰ ਦੀ ਕਵਿਤਾ ਦੀ ਕਿਤਾਬ ਹੈਗੀ ਆ, ਉਹ ਡਾਕਟਰ ਸੁਰਜੀਤ ਪਾਤਰ ਨੇ ਐਡਿਟ ਕੀਤੀ ਆ, ਔਰ ਉਹਨਾਂ ਦਾ ਜਿਹੜਾ ਨਾਲ ਸੀਗਾ ਨਵਤੇਜ ਭਾਰਤੀ ਜੀ ਦਾ ਵੀ ਯੋਗਦਾਨ ਰਿਹਾ।
ਨਾਟਕਾਂ ਦੀ ਪੁਸਤਕ ਮੈਂ ਕੀਤੀ ਆ। ਇਸ ਇਹਨਾਂ 12 ਪੁਸਤਕਾਂ ਦੇ ਵਿੱਚ 2 ਟੈਗੋਰ ਦੇ ਨਾਵਲ ਨੇ, 2 ਟੈਗੋਰ ਦੇ ਕਹਾਣੀ ਸੰਗ੍ਰਹਿ ਨੇ, 2 ਹੀ ਟੈਗੋਰ ਦੇ ਵੱਖਰੇ ਵੱਖਰੇ ਨਿਬੰਧਾਂ ਦੇ ਸੰਗ੍ਰਹਿ ਨੇ, 1 ਟੈਗੋਰ ਦੀ ਬੜੀ ਮਹੱਤਵਪੂਰਨ ਪੁਸਤਕ ਭਾਰਤੀ ਸੰਸਕ੍ਰਿਤੀ ਬਾਰੇ ਆ ਉਹ ਇਹਦੇ ਵਿੱਚ ਸ਼ਾਮਿਲ ਕੀਤੀ ਆ, ਔਰ 1 ਟੈਗੋਰ ਦੀ ਪੁਸਤਕ ਮਹਾਂਭਾਰਤ ਬਾਰੇ ਆ ਉਹ ਵੀ ਅਸੀਂ ਇਹਦੇ 'ਚ ਸ਼ਾਮਿਲ ਕੀਤੀ ਆ। ਅਸੀਂ ਵੱਖ ਵੱਖ ਜਿਹੜੇ ਜਾਨਰ ਸੀਗੇ, ਵੱਖ ਵੱਖ ਵਿਧਾਵਾਂ 'ਚ ਜਿਹਨਾਂ 'ਚ ਟੈਗੋਰ ਨੇ ਲਿਖਿਆ, ਨਾਵਲ, ਨਾਟਕ, ਕਹਾਣੀ, ਨਿਬੰਧ, ਕਵਿਤਾ ਜਾਂ ਜਿਹੜੇ ਰਿਸਰਚ ਨਾਲ ਸੰਬੰਧਿਤ ਵਿਸ਼ੇ ਸੀ ਉਹਨਾਂ 'ਤੇ ਟੈਗੋਰ ਨੇ। ਔਰ ਮੈਂ ਵਤਨ ਦੇ ਦਰਸ਼ਕਾਂ ਦੇ ਹਵਾਲੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਸੈੱਟ ਕਿਉਂਕਿ ਅਸੀਂ ਭਾਰਤੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਛਾਪਿਆ, ਇਸ ਕਰਕੇ ਅਸੀਂ ਇਹ ਪੁਸਤਕਾਂ ਬਹੁਤ ਹੀ ਸਸਤੇ ਮੁੱਲ 'ਤੇ, ਅੱਧੀ ਕੀਮਤ 'ਤੇ, ਲਗਭਗ ਇਹ 12 ਪੁਸਤਕਾਂ ਨੇ ਅਸੀਂ 800 ਰੁਪਏ 'ਚ ਇਹ ਇਸ ਕਰਕੇ ਦੇ ਰਹੇ ਹਾਂ ਕਿ ਤਾਂ ਕਿ ਟੈਗੋਰ, ਕਿਉਂਕਿ ਟੈਗੋਰ ਭਾਰਤੀ ਸਾਹਿਤ ਦਾ ਇੱਕ ਤਰ੍ਹਾਂ ਦਾ ਆਈਕਨ ਆ, ਸਾਹਿਤ ਅਕਾਦਮੀ ਟੈਗੋਰ ਨੂੰ ਹੀ ਪਹਿਲੀ ਵਾਰ ਨੋਬਲ ਪ੍ਰਾਈਜ਼ ਮਿਲਿਆ। ਮੈਂ ਸਮਝਦਾ ਕਿ ਜੇ ਭਾਰਤ ਦੀ ਆਤਮਾ ਨੂੰ ਸਮਝਣਾ ਹੋਵੇ ਤਾਂ ਟੈਗੋਰ ਦੇ ਸਾਹਿਤ ਵਿੱਚੋਂ ਉਸ ਵੱਡੀ ਤਬਦੀਲੀ ਨੂੰ ਫੜਿਆ ਜਾ ਸਕਦਾ ਆ ਜਿਹੜੀ ਤਬਦੀਲੀ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਵਾਪਰਨੀ ਸ਼ੁਰੂ ਹੁੰਦੀ ਆ। ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਟੈਗੋਰ ਦਾ ਵੀ ਬਹੁਤ ਵੱਡਾ ਯੋਗਦਾਨ ਸੀ, ਅਤੇ ਜੇ ਅਸੀਂ ਉਸ ਨਵੇਂ ਨਿਰਮਿਤ ਹੋ ਰਹੇ ਭਾਰਤ ਨੂੰ ਦੇਖਣਾ ਹੋਵੇ ਤਾਂ ਟੈਗੋਰ ਦੀਆਂ ਲਿਖਤਾਂ ਸਾਨੂੰ ਬਹੁਤ ਕੰਮ ਦੇ ਸਕਦੀਆਂ। ਬਾਖੂਬੀ ਚਾਨਣਾ ਪਾਇਆ ਇਹਦੇ ਬਾਰੇ, ਮੇਰਾ ਖਿਆਲ ਹੈ ਮੈਂ ਖੁਦ ਵੀ ਨਿੱਜੀ ਤੌਰ 'ਤੇ ਵੀ ਟੈਗੋਰ ਦਾ ਜਦੋਂ ਕਾਲਜ ਪੜ੍ਹਦੇ ਹੁੰਦੇ ਸਾਂ ਅਤੇ ਉਹਨਾਂ ਦੀਆਂ ਕੁਛ ਕਵਿਤਾਵਾਂ ਉਦੋਂ ਪੜ੍ਹਨ ਨੂੰ ਮਿਲੀਆਂ, ਲੇਕਿਨ ਇੰਨੇ ਵਿਸਥਾਰ ਦੇ ਨਾਲ ਕਿ ਟੈਗੋਰ ਦੀ ਪੰਜਾਬ ਪ੍ਰਤੀ ਦੀ ਕੀ ਮਹੱਤਤਾ ਆ, ਤੁਸੀਂ ਇਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝ ਪੈਦਾ ਕੀਤੀ ਆ। ਆਸ ਆ ਕਿ ਜਦੋਂ ਵੀ ਪੰਜਾਬੀ ਸਾਹਿਤ ਨਾਲ ਪਿਆਰ ਕਰਨ ਵਾਲੇ, ਪੜ੍ਹਨ ਵਾਲੇ, ਸਾਹਿਤ ਰੁਚੀ ਵਾਲੇ ਕਦੇ ਵੀ ਪੰਜਾਬ ਜਾਣਗੇ ਉਹ ਜ਼ਰੂਰ ਇਹ ਸੈੱਟ ਜਿਹੜਾ ਆ ਉਹ ਲੈ ਕੇ ਆਉਣ। ਇਹ ਕਿੱਥੋਂ ਮਿਲਦਾ ਜੇ ਕਿਵੇਂ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਜ਼ਰੂਰ ਦਿਓ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਦਫ਼ਤਰ ਤੋਂ ਇਹ ਸੈੱਟ, ਤੁਸੀਂ ਜੇ ਇੱਥੋਂ ਵਾਲੇ ਦੋਸਤ ਕੋਈ ਚਾਹੁਣ ਤਾਂ ਫੋਨ ਕਰਕੇ ਵੀ ਸਾਨੂੰ ਫੋਨ ਕਰ ਦਿਓ ਤਾਂ ਅਸੀਂ ਭੇਜ ਦਿਆਂਗੇ। ਸਾਨੂੰ ਬੜੀ ਖੁਸ਼ੀ ਹੋਏਗੀ ਕਿਉਂਕਿ ਮੈਨੂੰ ਇਹ ਲੱਗਦਾ ਆ ਕਿ ਪੰਜਾਬ ਹੁਣ ਕੇਵਲ ਪੂਰਬੀ ਜਾਂ ਪੱਛਮੀ ਪੰਜਾਬ ਤੱਕ ਸੀਮਿਤ ਨਹੀਂ ਰਿਹਾ, ਹੁਣ ਜਿਹੜਾ ਪੰਜਾਬ ਦਾ ਹੈ ਦਿਲ ਉਹ ਬਹੁਤ ਸਾਰੇ ਥਾਂ 'ਤੇ ਧੜਕਦਾ ਆ, ਚਾਹੇ ਉਹ ਕੈਨੇਡਾ ਹੋਵੇ, ਚਾਹੇ ਉਹ ਅਮੈਰੀਕਾ ਹੋਵੇ, ਚਾਹੇ ਉਹ ਇੰਗਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਹੋਰ ਬਹੁਤ ਸਾਰੇ ਮੁਲਕ ਨੇ ਜਿੱਥੇ ਪੰਜਾਬੀ ਵੱਡੀ ਗਿਣਤੀ 'ਚ ਵੱਸਦੇ ਨੇ। ਮੈਨੂੰ ਲੱਗਦਾ ਕਿ ਜੇ ਸਾਨੂੰ ਕਿਤੇ ਵੀ ਕਿਸੇ ਵੀ ਦੂਰ ਦੁਰਾਡੇ ਥਾਂ ਤੋਂ ਬੈਠਾ ਕੋਈ ਵੀ ਬੰਦਾ ਇਹਨਾਂ ਕਿਤਾਬਾਂ ਲਈ ਸਾਨੂੰ ਸੁਨੇਹਾ ਦੇਵੇਗਾ, ਸਾਡੇ ਕੋਲ ਕਾਂ ਦੇ ਹੱਥ ਸੁਨੇਹਾ ਵੀ ਆਵੇ ਤਾਂ ਸਾਨੂੰ ਇਹ ਕਿਤਾਬਾਂ ਉੱਥੇ ਪਹੁੰਚਾ ਕੇ ਬੜੀ ਖੁਸ਼ੀ ਹੋਏਗੀ। ਕਿਉਂਕਿ ਜਦੋਂ ਕੋਈ ਬਾਹਰ ਬੈਠਾ ਪੰਜਾਬੀ ਇੱਕ ਕਿਤਾਬ ਮੰਗਦਾ ਆ ਜਾਂ ਕਿਤਾਬ ਆਪਣੇ ਘਰ 'ਚ ਰੱਖਦਾ ਆ ਤਾਂ ਉਹ ਇੱਕ ਜਨਰੇਸ਼ਨ ਦਾ ਨਹੀਂ, ਉਹ ਆਉਣ ਵਾਲੀਆਂ ਜਨਰੇਸ਼ਨਾਂ ਦੇ, ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਵੀਆਂ ਪੀੜ੍ਹੀਆਂ ਆ ਉਹ ਉਹਨਾਂ ਲਈ ਵੀ ਸਾਡੇ ਉਸ ਵਿਰਸੇ ਨੂੰ, ਸਾਡੀ ਉਸ ਨਿਧੀ ਨੂੰ ਸਾਂਭ ਰਿਹਾ ਹੋਏਗਾ, ਜਿਹੜੀ ਨਿਧੀ ਨੂੰ ਸਾਂਭਣਾ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਆ। ਔਰ ਮੈਨੂੰ ਲੱਗਦਾ ਆ ਕਿ ਜਿਵੇਂ ਅਲਬਰਟਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਨੇ, ਔਰ ਮੈਂ ਵਤਨ ਟੀਵੀ ਦੇ ਮਾਧਿਅਮ ਰਾਹੀਂ ਇੱਥੋਂ ਦੀ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਇੱਥੇ ਵੱਡੀ ਗਿਣਤੀ 'ਚ ਪੰਜਾਬੀ ਨੇ ਔਰ ਪੰਜਾਬੀਆਂ ਨੇ ਇਸ ਖਿੱਤੇ ਦੇ ਨਕਸ਼ ਨੂੰ ਨੁਹਾਰਨ ਦੇ ਵਿੱਚ, ਇੱਥੋਂ ਦੀ ਆਰਥਿਕਤਾ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ। ਔਰ ਮੈਂ ਸਮਝਦਾ ਕਿ ਇੱਥੋਂ ਦੀ ਸਰਕਾਰ ਦਾ ਵੀ ਇਹ ਫਰਜ਼ ਬਣਦਾ ਆ ਕਿ ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਮੋਸ਼ਨ ਲਈ ਜਿਹੜੀਆਂ ਉੱਚਿਤ ਸਹੂਲਤਾਂ ਦੇਵੇ, ਕਿਉਂਕਿ ਮੈਗਜ਼ੀਨ ਇੱਥੋਂ ਨਿਕਲ ਰਹੇ ਨੇ ਹੁਣ ਪੰਜਾਬੀ ਦੁਨੀਆ ਜਿਹੜਾ ਅਖਬਾਰ ਉਹ ਇੱਥੋਂ ਨਿਕਲ ਰਿਹਾ ਹੈ। ਇਸ ਤਰ੍ਹਾਂ ਦੇ ਯਤਨ ਜਿਵੇਂ ਪੰਜਾਬੀ ਕਰ ਰਹੇ ਨੇ, ਜੇ ਸਰਕਾਰੀ ਸਰਪ੍ਰਸਤੀ ਮਿਲੇਗੀ ਤਾਂ ਇਹ ਯਤਨ ਹੋਰ ਵੀ ਵਧੀਆ ਰਿਜ਼ਲਟ ਦੇ ਸਕਦੇ ਨੇ।